तामी साहब सॉरी बोल दियो। मैं ही सॉरी बोल देनी है। नहीं नहीं आदत नहीं पानी। चल छट कह ही देना सॉरी। कुछ कहना सी तुसी? लाइट बंद कर दे। आपे कर ले। मेरा नाम निहाल है जी। मैं फाइन आर्ट्स का स्टूडेंट है। एक प्रोजेक्ट मिलया सी जिदे लई मैनू तुहाडे वर्गे चेहरे दी जरूरत है। ओ लावा इश्क दे अंबरी उडारियां सानू प्यार दियां जड़ियां खुमारियां। कुछ तां साडे च जरूर है जिहड़ा मैनू तेरे तों दूर नहीं रहण दिंदा। के आ पैर इश्क दे विच रखिया ना गल मेरे वस दी। मैनू लगदा मैनू तेरे नाल प्यार हो गया। लेट्स गेट मैरिड। ऑफिस तो आंदे वक्त ना एक सिरदर्द की दवाई ले आना। डैड नु कहदे ले आणू? मैं लावा डैडी ने लिथिया ने। मुंडा मैं पढ़ाया लिखाया कहा भी सरकारी नौकरी कर ले पर नहीं हुण की करदा कार्टून जिहा बणाउंदा है। जदों प्रोफेशन सेम हुंदा ना ते सारीआं लाइकिंग्स डिसलाइकिंग्स बैलेंस हो जांदीआं। तुसीं कित्थां आए बेटा? मैं किसी दा वशीकरण कराना सी। अज डिनर ते चलदे आं बाहर। सीरियसली 100% हां सारी लोलो पुत्र जी करनी बड़ी ओके। शी इज प्रेग्नेंट। तुसीं फादर बनन वाले हो। ਜਿਹੜੀ ਗੱਲ ਪੁਗਾਈ ਨਹੀਂ ਜਾਂਦੀ ਨਾ ਉਹਦਾ ਲਾਰਾ ਨਹੀਂ ਲਾਈਦਾ। ਬਿਜ਼ੀ ਸੀ ਮੈਂ। ਕੋਈ ਨਵੀਂ ਗੱਲ ਹੈ? ਮੈਨੂੰ ਕੁੜੀਆਂ ਚੋਂ ਨਹੀਂ ਜਿਹੜੀਆਂ ਕਰਦਾ ਕੰਮ ਮੁਕਾ ਕੇ 1:30 ਵਜੇ ਟੀਵੀ ਦੇਖਣ ਬਹਿ ਜਾਂਦੀਆਂ ਨੇ। ਤੇਰੇ ਕਰਕੇ ਮੇਰਾ ਕੈਰੀਅਰ ਖਰਾਬ ਹੋਇਆ। ਮੇਰੀ ਜ਼ਿੰਦਗੀ ਦੀ ਨਾ ਸਭ ਤੋਂ ਵੱਡੀ ਗਲਤੀ ਸੀ ਤੇਰੇ ਨਾਲ ਵਿਆਹ ਕਰਵਾਉਣਾ। ਮੈਂ ਕਿਹਾ ਸੀ ਕਰ ਛੱਡਣ ਨੂੰ ਮੂੰਹ ਚੱਕ ਆ ਗਈ ਸੀ। ਤੁਹਾਡੇ ਕਿਸੇ ਅਧੂਰੇ ਕੰਮ ਨੇ ਤੁਹਾਡੀਆਂ ਰੂਹਾਂ ਨੂੰ ਭਟਕਣ ਚ ਪਾ ਦਿੱਤਾ। ਕੁਦਰਤ ਤੁਹਾਨੂੰ ਇੱਕ ਮੌਕਾ ਹੋਰ ਦੇਣਾ ਚਾਹੁੰਦੀ ਹੈ। ਤੇਰੀ ਰੂਹ ਇਹਦੇ ਸਰੀਰ ਚ ਤੇ ਇਹਦੀ ਰੂਹ ਤੇਰੇ ਸਰੀਰ ਚ ਪਾ ਕੇ ਤਾਂ ਕਿ ਤੁਸੀਂ ਦੋਵੇਂ ਇੱਕ ਦੂਜੇ ਦੀ ਜ਼ਿੰਦਗੀ ਜੀਓ ਤੇ ਸੱਚਾਈ ਨੂੰ ਸਮਝ ਸਕੋ। ਓਨਾ ਯਾਰ ਮੈਂ ਬੈਲਾ ਨਾ ਮਰੀ ਜਾ। ਭਾਬੀ ਜੀ ਨਿਹਾਲ ਭਾਜੀ ਉਹ ਸੱਚ ਮੈਂ ਤਾਂ ਨਿੰਪਲ ਦੇਖਦੀ ਹੁੰਨੀ ਆ। ਜੇ ਹਿਸਾਬ ਨਾਲ ਤੇਰੀ ਸਿਹਤ ਹੈ ਨਾ ਤੈਨੂੰ ਭੱਜਣਾ ਨਹੀਂ ਰੁੜਨਾ ਚਾਹੀਦਾ। ਚੱਲ ਉੱਡ ਇੱਥੋਂ। ਸਰ ਤੁਸੀਂ ਡਿੰਪਲ ਮੈਮ ਦਾ ਨਾਂ ਲਿਖਤਾ? ਇਡੀਅਟ ਨਿਹਾਲ ਲਿਖ। ਕਿੱਦਾਂ ਪ੍ਰਧਾਨ ਬਿਨਾਂ ਹੱਥ ਲਾਏ ਗੱਲ ਨਹੀਂ ਹੁੰਦੀ। ਇੱਕ ਕੰਮ ਕਰੋ ਘਰ ਜਾ ਕੇ ਹੋਮਵਰਕ ਕਰੋ। ਮੈਮ ਥੋੜੇ ਬਦਲੇ ਬਦਲੇ ਨਹੀਂ ਲੱਗ ਰਹੇ। ਕਿਵੇਂ ਆ ਪ੍ਰਧਾਨ? ਤੈਨੂੰ ਬੁਖਾਰ ਲੱਗਦਾ ਤੈਨੂੰ ਮੈਂ ਦੱਸਾਂ। ਬੁਖਾਰ ਤੇ ਹੈਗਾ ਇਸ਼ਕ ਵਾਲਾ। ਅਸੀਂ ਕਿਸ ਗੱਲ ਪਿੱਛੇ ਨਾ ਲੜਦੇ ਰਹੇ? ਰਿਸ਼ਤੇ 'ਚ ਲੜਾਈ ਦੀ ਸਭ ਤੋਂ ਵੱਡੀ ਜੜ ਪਤਾ ਕੀ ਹੁੰਦੀ? ਐਕਸਪੈਕਟੇਸ਼ਨਸ। ਮੈਨੂੰ ਇਹਦੀ ਸਮਝ ਨਹੀਂ ਆਉਂਦੀ ਇਹ ਕਹਿੰਦਾ ਪੀ ਫਿਰਦੀ ਹੈ ਤੇਰੀ ਭੈਣ ਦੀ। ਇਹ ਤੁਸੀਂ ਕੀ ਖੇਡਾਂ ਖੇਡੀ ਜਾਂਦੇ ਹੋ?